ਸਾਡੇ ਨਗਰ ਦੇ ਵਿੱਚ ਆਇਆ। ਅਸੀਂ ਬਕਾਇਦਾ ਡਿਪਟੀ ਸਾਹਿਬ ਨੂੰ ਇਹ ਗੱਲ ਕਹੀ ਵੀ ਸਾਡਾ ਕੋਈ ਵਿਰੋਧ ਤਾਂ ਨਹੀਂ ਹੈਗਾ, ਅਸੀਂ ਇਹਨਾਂ ਨੂੰ ਸਵਾਲ ਕਰਨੇ ਆ। ਉਹਨਾਂ ਸਵਾਲਾਂ ਦੇ ਜਵਾਬਾਂ ਤੋਂ ਇਹ ਭੱਜਿਆ, ਹਾਲਾਂਕਿ ਸਾਨੂੰ ਨੇੜੇ ਹੀ ਲੱਗਣ ਦਿੱਤਾ। ਡਿਪਟੀ ਸਾਹਿਬ ਨੂੰ ਮੋੜ ਤੇ ਖੜਾ ਤਾ ਵੀ ਪਿੱਛੇ ਹੋ ਜਾਓ, ਅਸੀਂ ਤੁਹਾਨੂੰ ਮਿਲ ਨਹੀਂ ਦਿੰਦੇ। ਇਹ ਰਵੱਈਆ ਇੱਥੋਂ ਦੇ ਪੰਜਾਬ ਪ੍ਰਸ਼ਾਸਨ ਦਾ ਤੇ ਇਹਨਾਂ ਦਾ, ਜਿਹੜੇ ਕਹਿੰਦੇ ਅਸੀਂ ਲੋਕਾਂ ਦੇ ਆ। ਜੇ ਇਹ ਲੋਕਾਂ ਦੇ ਹੁੰਦੇ ਤਾਂ ਅੱਜ ਇਹਨਾਂ ਦਾ ਜਵਾਬਾਂ ਤੋਂ ਭੱਜਣਾ, ਇਹ ਕਿੱਡਾ ਇਹਨਾਂ ਦੇ ਹਿੱਤ ਚ ਜਾ ਰਿਹਾ। ਇਸ ਕਰਕੇ ਅਸੀਂ ਇੱਥੇ ਆਏ ਹਾਂ ਵੀ ਉਹਨਾਂ ਸਵਾਲਾਂ ਦੇ ਸਾਨੂੰ ਜਵਾਬ ਦਿਓ। ਪਿਛਲੇ ਲੰਬੇ ਸਮੇਂ ਤੋਂ ਆਪਣਾ ਡੀਸੀ ਦੇ ਉੱਥੇ ਧਾਰਨਾ ਲੱਗਿਆ ਹੋਇਆ, ਉੱਥੇ ਗੜੇਮਾਰੀ ਹੋਈ ਹੈ, ਉਹਦਾ ਮੁਆਵਜ਼ਾ ਦਾ ਕੀ ਦੇਣਾ? ਉਲਟਾ ਸਾਨੂੰ ਹਜੇ ਤੱਕ ਉਹਨਾਂ ਗਰਦੌਰੀਆਂ ਦੀਆਂ ਜਿਹੜੀਆਂ ਕਾਪੀਆਂ ਨੇ ਉਹ ਨਹੀਂ ਦਿੱਤੀਆਂ ਗਈਆਂ ਵੀ ਗਰਦੌਰੀਆਂ ਕੰਪਲੀਟ ਹੋਈਆਂ ਜਾਂ ਨਾ ਹੋਈਆਂ। ਜਿਹੜਾ ਇਹਨਾਂ ਦਾ ਮੁੱਖ ਮੰਤਰੀ ਸੀ, ਵੋਟਾਂ ਤੋਂ ਪਹਿਲਾਂ ਇਹ ਗੱਲ ਕਹਿੰਦਾ ਸੀ ਵੀ ਅਸੀਂ ਗਰਦੌਰੀਆਂ ਦਾ ਬਾਅਦ ਚ ਕਰਾਇਆ ਕਰਾਂਗੇ, ਪਹਿਲਾਂ ਤੁਹਾਡੇ ਖਾਤੇ ਦੇ ਵਿੱਚ ਮੁਆਵਜ਼ਾ ਪਾਇਆ ਕਰਾਂਗੇ, ਮਰੀ ਮੁਰਗੀ ਦਾ ਮੁਆਵਜ਼ਾ ਦੇਵਾਂਗੇ। ਉੱਥੇ ਜਾ ਕੇ ਤੁਸੀਂ ਪਤਾ ਕਰ ਲਓ, ਤੁਹਾਡੇ ਰਿਸ਼ਤੇਦਾਰੀਆਂ ਹੋਣਗੀਆਂ ਉਹਨਾਂ ਲੋਕਾਂ ਦੇ, ਏਕੜ ਦੇ ਵਿੱਚ 15-15 20-20 ਮਰਦ ਕਣਕ ਨਹੀਂ ਹੋਈ।